ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਸਾਰੇ ਜਾਣਦੇ ਹਾਂ ਮਾਤਾ ਸਾਹਿਬ ਕੌਰ ਜੀ ਬਾਰੇ, ਜਿਨ੍ਹਾਂ ਨੂੰ ਅਸੀਂ ਖਾਲਸੇ ਦੇ ਮਾਤਾ ਜੀ ਵੀ ਆਖ ਦਿੰਦੇ ਹਾਂ। ਅਸੀਂ ਸਿਰਫ ਇੰਨਾ ਹੀ ਜਾਣਦੇ ਹਾਂ, ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਅੱਜ ਤੋਂ ਆਪ ਜੀ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਮਾਤਾ ਸਾਹਿਬ ਕੌਰ ਜੀ ਹਨ। ਪਰ ਆਪਾਂ ਕਦੇ ਵੀ ਮਾਤਾ ਜੀ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇਸ ਆਪਣੀ ਵੀਡੀਓ ਰਾਹੀਂ ਇੱਕ ਨਿਮਾਣੀ ਦੀ ਕੋਸ਼ਿਸ਼ ਕਰ ਰਹੀ ਹਾਂ ਆਪ ਜੀ ਨੂੰ ਮਾਤਾ ਜੀ ਦੇ ਜੀਵਨ ਬਾਰੇ ਦੱਸਣ ਲਈ। ਮਾਤਾ ਜੀ ਦਾ ਜਨਮ 1 ਨਵੰਬਰ 1681 ਝੇਲਮ ਸਰਾ ਦੇ ਰਹਿਣ ਵਾਲੇ ਸਨ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਕਿਸੇ ਵਕਤ ਉੱਥੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਗਏ ਸਨ। ਉਸ ਥਾਂ ਮਾਤਾ ਜੀ ਦਾ ਜਨਮ ਹੋਇਆ। ਖਾਲਸੇ ਦੇ ਗੁਰਦੇਵ ਮਾਤਾ 17 ਸਾਲ ਤੱਕ ਪੱਠੋਹਾਰ ਦੀ ਧਰਤੀ 'ਤੇ ਰਹੇ ਅਤੇ ਹਮੇਸ਼ਾ ਭਗਤੀ ਵਿੱਚ ਲੱਗੇ ਰਹਿੰਦੇ ਸਨ। ਮਾਤਾ ਜੀ ਨੇ ਪਹਿਲਾਂ ਹੀ ਆਪਣੇ ਮਾਤਾ ਪਿਤਾ ਜੀ ਨੂੰ ਦੱਸ ਦਿੱਤਾ ਸੀ ਕਿ ਮੇਰੇ ਸੰਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਲਿਖੇ ਹਨ। ਉਹ ਉਹਨਾਂ ਲਈ ਕੋਈ ਵੀ ਵਾਰ ਤਲਾਸ਼ ਨਾ ਕਰਨ, ਉਹਨਾਂ ਨੇ ਅਨੰਦਪੁਰ ਦੀ ਧਰਤੀ 'ਤੇ ਹੀ ਜਾਣਾ ਹੈ। ਮਾਤਾ ਜੀ ਬਹੁਤ ਭਗਤੀ ਕਰਦੇ ਸਨ, ਭਗਤੀ ਵਿੱਚ ਲੀਨ ਰਹਿੰਦੇ ਸਨ। ਇਸ ਕਰਕੇ ਉਹਨਾਂ ਨੂੰ ਆਪਣੇ ਪੂਰਵਲੇ ਜਨਮ ਅਤੇ ਆਪਣੇ ਆਉਣ ਵਾਲੇ ਜਨਮ ਦਾ ਅਹਿਸਾਸ ਸੀ, ਉਸ ਆਉਣ ਵਾਲੇ ਸਮੇਂ ਦਾ ਵੀ ਅਹਿਸਾਸ ਸੀ। ਜਦੋਂ ਮਾਤਾ ਜੀ ਦੇ ਪਿਤਾ ਰਾਮੂ ਜੀ ਨੂੰ ਇਹ ਪਤਾ ਲੱਗਿਆ ਕਿ ਮਾਤਾ ਜੀ ਨੇ ਜਦੋਂ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤਾਂ ਪੱਠੋਵਾਲ ਦੀ ਸੰਗਤ ਇਕੱਠੀ ਹੋ ਕੇ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਹੋ ਗਈ। ਸਭ ਦੇ ਮਨ ਵਿੱਚ ਬੜਾ ਹੀ ਚਾਅ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦਾ ਅਤੇ ਉਹਨਾਂ ਨੂੰ ਦਰਸ਼ਨ ਕਰਨ ਦਾ। ਦੇਗ ਬਣਾ ਕੇ ਅਰਦਾਸ ਕਰਕੇ ਚਾਲੇ ਪਾਏ। ਸੰਗਤਾਂ ਨੇ ਮਾਤਾ ਜੀ ਦਾ ਡੋਲਾ ਲੈ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਗੁਰੂ ਪਾਤਸ਼ਾਹ ਤਾਂ ਸਭ ਕੁਛ ਜਾਣੀ ਜਾਣ ਸਨ, ਭਾਵੇਂ ਉਹਨਾਂ ਨੇ ਗ੍ਰਸਤ ਜੀਵਨ ਤਿਆਗ ਦਿੱਤਾ ਸੀ, ਪਰ ਉਹ ਇੰਨੀ ਸ਼ਰਧਾ ਨਾਲ ਆਈ ਸੰਗਤ ਅਤੇ ਭਾਈ ਰਾਮੂ ਜੀ ਅਤੇ ਸਭ ਤੋਂ ਵੱਡੀ ਗੱਲ ਆਪਣੇ ਭਗਤ ਦੀ ਭਗਤੀ ਨੂੰ ਕਿਵੇਂ ਅਣਡਿੱਠਾ ਕਰ ਸਕਦੇ ਸਨ। ਗੁਰੂ ਜੀ ਪਾਸ ਆ ਕੇ ਭਾਈ ਰਾਮੂ ਜੀ ਨੇ ਸਾਰੀ ਗੱਲਬਾਤ ਗੁਰੂ ਜੀ ਅੱਗੇ ਰੱਖੀ। ਬਾਕੀ ਗੁਰੂ ਜੀ ਤਾਂ ਸਭ ਕੁਛ ਜਾਣੀ ਜਾਣ ਸਨ, ਉਹਨਾਂ ਨੂੰ ਭੂਤ ਭਵਿੱਖ ਸਭ ਦੀ ਜਾਣਕਾਰੀ ਸੀ। ਗੁਰੂ ਪਾਤਸ਼ਾਹ ਜੀ ਨੇ ਭਾਈ ਰਾਮੂ ਜੀ ਨੂੰ ਕਿਹਾ, ਅਸੀਂ ਗ੍ਰਸਤ ਜੀਵਨ ਤਿਆਗ ਦਿੱਤਾ ਹੈ, ਪਰ ਅਸੀਂ ਆਪਣੇ ਸਿੱਖ ਦਾ ਮਾਣ ਨਹੀਂ ਤੋੜ ਸਕਦੇ। ਸਤਿਗੁਰ ਜੀ ਨੇ ਬਚਨ ਕੀਤੇ, ਗੁਰਮੁਖਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਕੁਝ ਜ਼ਰੂਰੀ ਕਾਰਜ ਕਰਨੇ ਹਨ, ਇਸ ਲਈ ਅਸੀਂ ਖਾਲਸਾ ਸਾਜਨਾ ਦੀ ਤਿਆਰੀ ਕੀਤੀ ਹੈ। ਅਸੀਂ ਬ੍ਰਹਮਚਾਰੇ ਵਿੱਚ ਜੀਵਨ ਬਤੀਤ ਕਰਨਾ ਹੈ। ਇਹ ਸੁਣ ਕੇ ਭਗਤ ਸੋਚਣ ਲੱਗੇ ਕਿ ਭਾਈ ਰਾਮੂ ਜੀ ਦੀ ਅਰਦਾਸ ਤਾਂ ਵਿਰਥ ਹੀ ਚਲੀ ਜਾਣੀ ਹੈ, ਪਰ ਗੁਰੂ ਜੀ ਨੇ ਆਪਣੇ ਸਿੱਖ ਦਾ ਦਿਲ ਨਹੀਂ ਤੋੜਿਆ। ਗੁਰੂ ਜੀ ਨੇ ਸਾਰੀ ਗੱਲਬਾਤ ਸੁਣ ਭਾਈ ਰਾਮੂ ਜੀ ਕੋਈ ਇਤਰਾਜ਼ ਨਾ ਜਤਾਇਆ ਅਤੇ ਸ਼ਾਦੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਵਕਤ ਮਾਤਾ ਜੀ ਦੀ ਉਮਰ 17 ਸਾਲ 6 ਮਹੀਨੇ ਦੱਸੀ ਗਈ ਹੈ ਅਤੇ ਗੁਰੂ ਪਾਤਸ਼ਾਹ ਦੀ ਉਮਰ 34 ਸਾਲ ਦੀ ਦੱਸੀ ਗਈ ਹੈ। ਉਹਨਾਂ ਦੀ ਸ਼ਾਦੀ 18 ਵਿਸਾਖ 1757 ਨੂੰ ਅਨੰਦਪੁਰ ਸਾਹਿਬ ਦੇ ਨੇੜੇ ਗੁਰੂ ਕੇ ਲਾਹੌਰ ਹੋਈ। ਉਹਨਾਂ ਦੇ ਆਨੰਦ ਕਾਰਜ ਰਹਿਤ ਮਰਿਆਦਾ ਅਨੁਸਾਰ 18 ਵਿਸਾਖ 1757 ਨੂੰ ਹੋਏ। ਮਾਤਾ ਜੀ ਦੀ ਉਮਰ 17 ਸਾਲ 6 ਮਹੀਨੇ ਸੀ। ਵਿਆਹ ਤੋਂ ਬਾਅਦ ਮਾਤਾ ਜੀ ਅਨੰਦਪੁਰ ਸਾਹਿਬ ਰਹਿਣ ਲੱਗ ਗਏ। ਮਾਤਾ ਜੀ ਸ਼ੁਰੂ ਤੋਂ ਹੀ ਬਾਣੀਆਂ ਦੇ ਧਾਰਨੀ ਸਨ, ਸਾਰੀਆਂ ਬਾਣੀਆਂ ਦਾ ਜਾਪ ਕਰਿਆ ਕਰਦੇ ਸਨ।
ਇਸੇ ਤਰ੍ਹਾਂ ਹੀ ਮਾਤਾ ਜੀ ਨੇ ਉੱਥੇ ਵੀ ਆਪਣਾ ਨਿਤਨੇਮ ਜਾਰੀ ਰੱਖਿਆ। ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਪਹਿਲਾਂ ਸਾਰੀਆਂ ਬਾਣੀਆਂ ਦਾ ਜਾਪ ਕਰਨਾ। ਮਾਤਾ ਜੀ ਨੂੰ ਜਦੋਂ ਤੱਕ ਗੁਰੂ ਜੀ ਦੇ ਦਰਸ਼ਨ ਨਾ ਹੋ ਜਾਣ ਉਹ ਮੂੰਹ ਜੂਠਾ ਨਹੀਂ ਕਰਦੇ ਸਨ। ਗੁਰੂ ਜੀ ਵੀ ਆਪਣੇ ਪ੍ਰਤੀ ਮਾਤਾ ਜੀ ਦੀ ਪ੍ਰੇਮ ਭਾਵਨਾ ਦੇਖ ਉਹਨਾਂ ਨੂੰ ਦਰਸ਼ਨ ਦੇਣ ਆ ਜਾਂਦੇ ਸਨ। ਮਾਤਾ ਜੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਦੀ ਸੇਵਾ ਵਿੱਚ ਲੱਗ ਜਾਂਦੇ ਸਨ ਅਤੇ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਗੁਰੂ ਜੀ ਦੇ ਮਹਿਲ ਮਾਤਾ ਅਜੀਤ ਕੌਰ ਅਤੇ ਮਾਤਾ ਸੁੰਦਰ ਕੌਰ ਨਾਲ ਵੀ ਉਹਨਾਂ ਦਾ ਬੜਾ ਗੂੜਾ ਪਿਆਰ ਪੈ ਗਿਆ ਸੀ ਅਤੇ ਗੁਰੂ ਜੀ ਦੇ ਸਾਹਿਬਜ਼ਾਦੇ ਵੀ ਉਹਨਾਂ ਨੂੰ ਅਥਾਹ ਪਿਆਰ ਅਤੇ ਸਤਿਕਾਰ ਦਿੰਦੇ ਸਨ। ਮਾਤਾ ਜੀ ਦਾ ਸਭ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਦੇਖ ਰੇਖ ਕਰਦੇ ਸਨ। ਉਹਨਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਵਾ ਕੇ ਇੱਕ ਦਿਨ ਮਾਤਾ ਜੀ ਨੇ ਨੀਲਾ ਵਾਣਾ ਪਹਿਨਾ ਦਿੱਤਾ ਅਤੇ ਉਹਨਾਂ ਦੇ ਸਿਰ 'ਤੇ ਦੁਮਾਲਾ ਸਾਹਿਬ ਸਜਾ ਕੇ ਸ੍ਰੀ ਸਾਹਿਬ ਪਵਾ ਕੇ ਅਤੇ ਕਲੰਗੀ ਲਗਵਾ ਕੇ ਉਹਨਾਂ ਦੇ ਹੱਥ ਤੀਰ ਫੜਾ ਦਿੱਤਾ। ਫਿਰ ਉਹਨਾਂ ਨੂੰ ਗੁਰੂ ਪਾਤਸ਼ਾਹ ਦੇ ਕੋਲ ਜਾਣ ਲਈ ਕਿਹਾ। ਸਾਹਿਬਜ਼ਾਦਾ ਜੀ ਆਪਣੇ ਪਿਤਾ ਜੀ ਕੋਲ ਗਏ, ਗੁਰੂ ਜੀ ਨੂੰ ਜਾ ਕੇ ਮੱਥਾ ਟੇਕਿਆ। ਗੁਰੂ ਜੀ ਨੇ ਉਹਨਾਂ ਨੂੰ ਦੇਖ ਕੇ ਇਸ ਰੂਪ ਦੇਖ ਕੇ ਗਦਗਦ ਹੋ ਗਏ ਅਤੇ ਗਲ ਨਾਲ ਲਾ ਲਿਆ। ਉਹਨਾਂ ਨੂੰ ਦੇਖ ਪਾਤਸ਼ਾਹ ਨੇ ਵਚਨ ਕੀਤਾ ਕਿ ਇਸੇ ਤਰ੍ਹਾਂ ਮੇਰਾ ਖਾਲਸਾ ਪੰਥ ਹੋਵੇਗਾ, ਜੋ ਮੌਤ ਅਤੇ ਡਰ ਤੋਂ ਨਿਰਲੇਪ ਹੋਵੇਗਾ, ਮਜ਼ਲੂਮਾਂ ਦੀ ਰਾਖੀ ਲਈ ਲੜਨ ਨੂੰ ਹਮੇਸ਼ਾ ਤਿਆਰ ਰਹੇਗਾ ਅਤੇ ਹਰ ਸਮੇਂ ਕੁਰਬਾਨੀ ਲਈ ਤਿਆਰ ਰਹੇਗਾ। ਮਾਤਾ ਜੀ ਨੂੰ ਸਾਰੇ ਕੁਆਰਾ ਡੋਲਾ ਕਹਿੰਦੇ ਸਨ ਅਤੇ ਬਹੁਤ ਹੀ ਸਤਿਕਾਰ ਕਰਦੇ ਸਨ ਅਤੇ ਮਾਣ ਦਿੰਦੇ ਸਨ। ਇੱਕ ਵਾਰ ਸਮਾਂ ਬੀਤਣ ਤੋਂ ਬਾਅਦ ਜਦੋਂ ਗੁਰੂ ਜੀ ਨੇ ਮਾਤਾ ਜੀ ਨੂੰ ਦਰਸ਼ਨ ਦਿੱਤੇ ਤਾਂ ਮਾਤਾ ਜੀ ਹੱਥ ਜੋੜ ਕੇ ਖੜ੍ਹੇ ਹੋ ਗਏ। ਗੁਰੂ ਜੀ ਤਾਂ ਜਾਣੀ ਜਾਣ ਸਨ। ਗੁਰੂ ਜੀ ਨੇ ਕਿਹਾ, ਸਾਹਿਬਦੇਵਾ ਜੀ, ਆਪ ਜੀ ਦੀ ਕੋਈ ਇੱਛਾ ਹੈ? ਤਾਂ ਮਾਤਾ ਜੀ ਨੇ ਸਿਰ ਝੁਕਾ ਕੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਜੀ, ਇੱਕ ਪੁੱਤਰ ਦੀ ਇੱਛਾ ਹੈ, ਹੋਰ ਕੋਈ ਇੱਛਾ ਨਹੀਂ। ਕਲਗੀਧਰ ਨੇ ਮਾਤਾ ਜੀ ਨੂੰ ਵਚਨ ਕੀਤਾ ਕਿ ਆਪ ਜੀ ਦੀ ਮੰਗ ਬਿਲਕੁਲ ਜਾਇਜ਼ ਹੈ, ਇਸ ਲਈ ਅਸੀਂ ਆਪਣਾ ਵੀਰ ਪੁੱਤਰ ਖਾਲਸਾ ਪੁੱਤਰ ਆਪ ਜੀ ਦੀ ਗੋਦ ਪਾਉਂਦੇ ਹਾਂ। ਲਓ ਸਾਹਿਬਦੇਵਾਂ ਜੀ, ਅਕਾਲ ਪੁਰਖ ਦਾ ਧਿਆਨ ਧਰ ਆਪਣੀ ਕੁੱਖ ਵੱਲ ਨਿਗਾਹ ਮਾਰੋ। ਆਪ ਜੀ ਦੀ ਗੋਦ ਹਰੀ ਹੋ ਗਈ ਹੈ। ਆਪ ਜੀ ਦਾ ਪੁੱਤਰ ਅਮਰ, ਅਜੀਤ, ਅਕਾਲ ਤੱਕ ਰਹੇਗਾ। ਆਪ ਉਹ ਪਹਿਲੀ ਮਾਂ ਹੋਵੋਗੀ ਜਿਸ ਦੀ ਵੰਸ਼ ਦਾ ਕਦੀ ਵਿਨਾਸ਼ ਨਹੀਂ ਹੋਵੇਗਾ, ਨਾ ਖਾਤਮਾ ਹੋਵੇਗਾ, ਨਾ ਕੋਈ ਮਾਰ ਸਕੇਗਾ, ਨਾ ਹਰਾ ਸਕੇਗਾ ਅਤੇ ਨਾ ਕਿਸੇ ਵਾਰ ਨਾਲ ਕੱਟਿਆ ਜਾਏਗਾ। ਅੱਜ ਤੋਂ ਤੁਸੀਂ ਅਮਰ ਖਾਲਸੇ ਦੀ ਮਾਤਾ ਬਣ ਗਏ ਹੋ। ਅੱਜ ਤੱਕ ਇਹ ਸੁਭਾਗ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਲਓ ਇਹ ਮਾਣ ਤੁਹਾਨੂੰ ਬਖਸ਼ਦੇ ਹਾਂ। ਜਦੋਂ ਤੱਕ ਇਹ ਧਰਤੀ ਰਹੇਗੀ, ਆਪ ਜੀ ਦਾ ਪੁੱਤਰ ਵੱਧਦਾ ਫੁੱਲਦਾ ਰਹੇਗਾ ਅਤੇ ਹਰ ਜਗ੍ਹਾ ਆਪਣੀ ਜਿੱਤ ਦੇ ਝੰਡੇ ਕੱਢੇਗਾ। ਮਾਤਾ ਜੀ ਗੁਰਦੇਵ ਜੀ ਦੇ ਮੁਖਾਰਵਿੰਦ ਤੋਂ ਇਹ ਬਚਨ ਸੁਣ ਕੇ ਆਪਣੇ ਆਪ ਨੂੰ ਧੰਨ ਸਮਝਿਆ ਅਤੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਅੱਗੇ ਸੀਸ ਝੁਕਾ ਕੇ ਖੁਸ਼ੀ ਖੁਸ਼ੀ ਇਹ ਦਾਤ ਆਪਣੀ ਝੋਲੀ ਪਵਾ ਲਈ। ਧੰਨ ਧੰਨ ਮਾਤਾ ਸਾਹਿਬ ਕੌਰ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਖਾਲਸਾ ਸਾਜ ਕੇ ਖਾਲਸਾ ਮਾਤਾ ਜੀ ਦੀ ਝੋਲੀ ਪਾ ਦਿੱਤਾ। ਬਾਅਦ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਜੰਗਾਂ ਦੇ ਵਿੱਚ ਖੇਰੂ ਖੇਰੂ ਹੋ ਗਿਆ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦਿੱਲੀ ਤੋਂ ਅਜਮੇਰ, ਭਰਤਗੜ੍ਹ ਤੋਂ ਅਜਮੇਰ, ਆਲਮਗੜ੍ਹ, ਆਗਰਾ, ਫਿਰ ਨੰਦੇੜ ਸਾਹਿਬ ਪਹੁੰਚੇ। ਉਸ ਤੋਂ ਬਾਅਦ ਉਹਨਾਂ ਨੇ ਰਹਿਸ਼ ਆਪਣੀ ਨੰਦੇੜ ਸਾਹਿਬ ਕਰ ਲਈ। ਮਾਤਾ ਜੀ ਵੀ ਸਾਰੀਆਂ ਜੰਗਾਂ ਵਿੱਚ ਗੁਰੂ ਪਾਤਸ਼ਾਹ ਜੀ ਦੇ ਨਾਲ ਹੀ ਸਨ। ਉਹਨਾਂ ਦੀ ਵੀ ਰਹਿਸ਼ ਗੋਦਾਵਰੀ ਨਦੀ ਦੇ ਕਿਨਾਰੇ ਬ੍ਰਹਮਵਾੜਾ ਵਿੱਚ ਕਰ ਲਈ। 1708 ਈਸਵੀ ਤੱਕ 9 ਮਹੀਨੇ 9 ਦਿਨ ਗੁਰੂ ਪਾਤਸ਼ਾਹ ਜੀ ਦੇ ਨਾਲ ਹੀ ਮਾਤਾ ਜੀ ਉੱਥੇ ਰਹੇ। ਉਸ ਸਮੇਂ ਗੁਰੂ ਪਾਤਸ਼ਾਹ ਨੇ ਮਾਤਾ ਜੀ ਨੂੰ ਮੀਰੀ ਪੀਰੀ ਵਾਲੀਆਂ ਦੋਵੇਂ ਤਲਵਾਰਾਂ
ਅਤੇ ਆਪਣੇ ਕਮਰ ਕਸੇ ਦੇ ਵਿੱਚੋਂ ਪੰਜ ਸ਼ਾਸਤਰ ਬਖਸ਼ ਦਿੱਤੇ ਅਤੇ ਉਹਨਾਂ ਨੂੰ ਬਚਨ ਕੀਤੇ ਕਿ ਜਦੋਂ ਵੀ ਸਾਡੇ ਦਰਸ਼ਨ ਕਰਨ ਦੀ ਚਾਹਨਾ ਹੋਵੇ ਤਾਂ ਤੁਸੀਂ ਇਹਨਾਂ ਵਿੱਚੋਂ ਸਾਡੇ ਦਰਸ਼ਨ ਕਰ ਲਓ। ਅਤੇ ਗੁਰੂ ਪਾਤਸ਼ਾਹ ਨੇ ਮਾਤਾ ਜੀ ਨੂੰ ਇੱਕ ਮੋਹਰ ਵੀ ਬਖਸ਼ੀ ਜੋ ਕਿ ਹੁਕਮਨਾਮਾ ਜਾਰੀ ਕਰਨ ਵੇਲੇ ਉਸ ਹੁਕਮਨਾਮੇ ਉੱਤੇ ਲਗਾ। ਗੁਰੂ ਪਾਤਸ਼ਾਹ ਨੇ ਮਾਤਾ ਜੀ ਨੂੰ ਕਿਹਾ ਕਿ ਇਹਨਾਂ ਸਾਰਿਆਂ ਨੂੰ ਬੜੇ ਹੀ ਸਤਿਕਾਰ ਨਾਲ ਰੱਖਣਾ, ਜਦੋਂ ਵੀ ਤੁਸੀਂ ਚਾਹੋਗੇ ਤੁਹਾਨੂੰ ਸਾਡੇ ਇਹਨਾਂ ਵਿੱਚੋਂ ਦਰਸ਼ਨ ਹੋ ਜਾਣਗੇ। ਮਾਤਾ ਜੀ ਗੁਰੂ ਪਾਤਸ਼ਾਹ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਇਹ ਤਾਂ ਜਾਣ ਗਏ ਸਨ ਕਿ ਹੁਣ ਉਹਨਾਂ ਦੇ ਜਾਣ ਦਾ ਵੇਲਾ ਆ ਚੁੱਕਾ ਹੈ, ਤਾਂਹੀਓ ਗੁਰੂ ਪਾਤਸ਼ਾਹ ਉਹਨਾਂ ਨਾਲ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ। ਅਤੇ ਮਾਤਾ ਜੀ ਨੂੰ ਗੁਰੂ ਪਾਤਸ਼ਾਹ ਦੇ ਵਿਛੋੜੇ ਦਾ ਵੀ ਅਹਿਸਾਸ ਹੋਣ ਲੱਗ ਪਿਆ ਸੀ। ਗੁਰੂ ਜੀ ਨੇ ਮਾਤਾ ਜੀ ਨੂੰ ਵਰਤਮਾਨ ਵਿੱਚ ਭਵਿੱਖ ਦੀ ਤਸਵੀਰ ਦਿਖਾ ਦਿੱਤੀ ਸੀ। ਮਾਤਾ ਜੀ ਨੂੰ ਵਾਪਸ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਮਾਤਾ ਜੀ ਨੂੰ ਵਾਪਸ ਦਿੱਲੀ ਜਾਣ ਦਾ ਹੁਕਮ ਦਿੱਤਾ। ਗੁਰੂ ਜੀ ਜਾਣਦੇ ਸਨ ਖਾਲਸੇ ਦੀ ਮਾਤਾ ਤੋਂ ਸਾਡਾ ਵਿਛੋੜਾ ਸਹਿਣ ਨਹੀਂ ਹੋਣਾ, ਕਿਉਂਕਿ ਮਾਤਾ ਜੀ ਦੀ ਅਵਸਥਾ ਇੰਜ ਪ੍ਰੀਤ ਦੇ ਰੋਗੀ ਜਾਂ ਯੋਗੀ ਦੀ ਹੁੰਦੀ ਹੈ ਇਸ ਤਰ੍ਹਾਂ ਦੀ ਸੀ, ਪਰ ਮਾਤਾ ਜੀ ਉਸ ਤੋਂ ਕਿਤੇ ਉੱਤੇ ਉੱਠ ਚੁੱਕੇ ਸਨ। ਗੁਰੂ ਜੀ ਨੇ ਕਿਹਾ, ਸਾਡੇ ਜਾਣ ਤੋਂ ਬਾਅਦ ਆਪ ਜੀ ਨੇ ਵਾਹਿਗੁਰੂ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਭੋਗਣਾ ਹੈ। ਮਾਤਾ ਜੀ ਦੀ ਇਹ ਇੱਛਾ ਸੀ ਕਿ ਉਹ ਪਰਲੋਕ ਗਮਨ ਤੱਕ ਗੁਰੂ ਪਾਤਸ਼ਾਹ ਜੀ ਦੇ ਨਾਲ ਹੀ ਰਹਿਣ, ਪਰ ਗੁਰੂ ਜੀ ਨੇ ਮਾਤਾ ਜੀ ਨੂੰ ਇਜਾਜ਼ਤ ਨਾ ਦਿੱਤੀ। ਮਾਤਾ ਜੀ ਗੁਰੂ ਜੀ ਦੇ ਭਾਣੇ ਨੂੰ ਮੰਨ ਕੇ ਉੱਥੋਂ ਵਾਪਸ ਦਿੱਲੀ ਆ ਗਏ, ਦਿੱਲੀ ਪਰਤ ਆਏ। ਮਾਤਾ ਜੀ ਨੇ 1747 ਵਿੱਚ ਦਿੱਲੀ ਪਰਤ ਆਏ ਅਤੇ ਉਹਨਾਂ ਨੇ ਉੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਮਾਤਾ ਜੀ 1747 ਈਸਵੀ ਤੱਕ 66 ਸਾਲ ਦੀ ਉਮਰ ਭੋਗ ਕੇ ਆਪਣੇ ਸਵਾਸ ਤਿਆਗ ਦਿੱਤੇ। ਉਹਨਾਂ ਦਾ ਅੰਗੀਠਾ ਸਾਹਿਬ ਦਿੱਲੀ ਵਿਖੇ ਬਣਿਆ ਹੋਇਆ ਹੈ, ਜਿੱਥੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅੰਗੀਠਾ ਸਾਹਿਬ ਹੈ, ਉੱਥੇ ਹੀ ਮਾਤਾ ਜੀ ਦਾ ਵੀ ਅੰਗੀਠਾ ਸਾਹਿਬ ਸਥਾਪਿਤ ਕੀਤਾ ਗਿਆ ਹੈ। ਇਹ ਸੀ ਮਾਤਾ ਜੀ ਬਾਰੇ ਜਾਣਕਾਰੀ, ਮਾਤਾ ਸਾਹਿਬ ਕੌਰ ਬਾਰੇ ਜਾਣਕਾਰੀ। ਜਾਣਕਾਰੀ ਤਾਂ ਬਹੁਤ ਲੰਬੀ ਹੈ, ਪਰ ਮੈਂ ਵਿੱਚੋਂ ਕੁਛ ਅੰਕ ਲੱਭ ਕੇ ਥੋੜ੍ਹੀ ਬਹੁਤ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਜਾਣਕਾਰੀ ਆਪ ਜੀ ਨੂੰ ਚੰਗੀ ਲੱਗੇ ਤਾਂ ਆਪ ਜੀ ਨੇ ਕਮੈਂਟ ਕਰਨਾ, ਲਾਈਕ ਕਰਨਾ ਅਤੇ ਸ਼ੇਅਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।